ਤੇ 5 ਤਰੀਕ ਦੀ ਹੋਰ ਜਿਹੜੀ ਕੋਈ ਵੱਡੀ ਘਟਨਾ, ਔਰ ਜਦੋਂ ਖਾਸ ਤੌਰ 'ਤੇ ਜੇ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੀ ਸ਼ਹੀਦੀ ਕਿਸ ਦਿਨ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇੱਕ ਇਹ ਵੀ ਸਵਾਲ ਬਹੁਤ ਲੋਕ ਕਰਦੇ ਰਹੇ ਨੇ ਕਿ ਉਸ ਦਿਨ ਉਹ ਉੱਥੇ ਸ਼ਹੀਦ ਨਹੀਂ ਹੋਏ ਉਹਨਾਂ 6 ਦਿਨਾਂ ਦੇ ਵਿੱਚ, ਇਹਦੇ 'ਤੇ ਵੀ ਥੋੜ੍ਹਾ ਜਿਹਾ ਚਾਨਣਾ ਪਾਓ। ਦੇਖੋ ਜੀ, ਉਹ ਸ਼ਹੀਦ ਹੁੰਦੇ ਨੇ 6 ਤਰੀਕ ਨੂੰ 9 ਤੋਂ, ਮਤਲਬ 9:15 ਦੇ ਲਾਗੇ ਚਾਗੇ ਸ਼ਹੀਦ ਹੁੰਦੇ ਨੇ ਸਵੇਰ ਦੇ ਟਾਈਮ। ਸਵੇਰ ਦੇ ਟਾਈਮ ਜਦੋਂ ਸ਼ਾਮਾਂ ਪੈਂਦੀਆਂ ਨੇ ਉਦੋਂ ਇੱਕ ਰੇਡੀਓ ਤੇ ਸਾਨੂੰ ਮੈਸੇਜ ਆਉਂਦਾ ਵਾ, ਮਤਲਬ BBC ਲੰਡਨ ਦਿੰਦਾ ਵਾ ਕਿ ਅੱਜ ਰਾਤ 9 ਵਜੇ ਮਿਲਟਰੀ ਅੰਦਰ ਕਿਸੇ ਵੀ ਹਾਲਤ ਦੇ ਵਿੱਚ ਇਨ ਕਰੂਗੀ। ਸਾਰੇ ਬੰਦੇ ਫਿਰ ਉਤਲੇ ਮੋਰਚੇ ਸਾਰੇ ਉਹਨਾਂ ਢਾਹ ਤੇ ਸੀ, ਬੁਰਜਾਂ ਵਾਲੇ ਢਾਹ ਤੇ, ਘੰਟਾ ਘਰ ਦੇ ਢਾਹ ਤੇ, ਚਾਰਚ ਫੇਰਾ ਉਹਨਾਂ ਦੇ ਢਾਹ ਤਾ। ਹਾਂਜੀ। ਤੇ 9 ਤਰੀਕ ਨੂੰ ਫਿਰ ਆਖਰੀ ਮੁਕਾਬਲਾ ਸੀ ਜਿਹੜਾ 5-7 ਘੰਟਿਆਂ ਦਾ ਰਾਤ ਹੋਣਾ। 6 ਤਰੀਕ ਨੂੰ? ਨਹੀਂ, 5 ਤਰੀਕ ਦੀ ਰਾਤ। ਅੱਛਾ, 5 ਤਰੀਕ ਦੀ ਰਾਤ 9 ਵਜੇ ਦੇ ਕਰੀਬ ਤੁਸੀਂ ਕਹਿ ਰਹੇ ਹੋ? ਹਾਂ, ਜਿਹੜਾ ਫਾਈਨਲ ਮੁਕਾਬਲਾ ਜਿਹੜਾ ਹੋਇਆ ਉਹ ਰਾਤ ਹੀ ਹੋਇਆ 5 ਤਰੀਕ ਨੂੰ। ਠੀਕ ਹੈ। ਇਹਨਾਂ ਨੇ ਆਪਣੀ ਮਿਲਟਰੀ, ਕਿਉਂਕਿ ਅਸੀਂ ਕੋਈ ਕਿਲੇ ਵਿੱਚ ਬੰਦ ਨਹੀਂ ਸਾਂ, ਖਾਲੀ ਅਕਾਲ ਤਖ਼ਤ ਕਹਿ ਦੇਣਾ, ਦਰਬਾਰ ਸਾਹਿਬ ਕਹਿ ਦੇਣਾ ਮੂੰਹ ਸੌਖਾ ਹੁੰਦਾ ਵਾ, ਕਿਉਂਕਿ ਉਹਦੀਆਂ 5-6 ਡਿਊੜੀਆਂ ਨੇ, ਘੰਟਾ ਘਰ ਦੀ ਆ, ਚੋ ਮੰਡੀ ਦੀ ਆ, 2 ਡਿਊੜੀਆਂ ਅਕਾਲ ਤਖ਼ਤ ਦੇ ਸਾਹਮਣੇ ਆ, ਅਕਾਲ ਤਖ਼ਤ ਦੇ ਪਿੱਛੋਂ ਆਉਂਦੀਆਂ ਗਲੀਆਂ ਨੇ, ਫਿਰ ਲੰਗਰ ਵਾਲੀ ਡਿਊੜੀ ਆ, ਮੰਜੀ ਹਾਲ ਦੀ, ਸਭ ਨੂੰ ਜਾਣ ਦਾ ਰਸਤਾ ਵਾ ਸਾਰੇ, ਕੋਈ ਦਰਵਾਜ਼ਾ ਨਹੀਂ ਲੱਗਾ ਕਿਸੇ ਡਿਊੜੀ ਨੂੰ ਵੀ, ਖੁੱਲੀਆਂ ਸੀ, ਜਦੋਂ ਮਰਜ਼ੀ ਮਿਲਟਰੀ ਆ ਸਕਦੀ ਸੀ। ਇਹਨਾਂ 4 ਫੇਰਾ ਘੇਰਨ ਤੋਂ ਬਾਅਦ 9 ਵਜੇ ਇੰਨ ਕਰਨਾ ਸੀ, ਇਹ ਜਿਹੜੇ ਪਾਸਿਓ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਇਹਨਾਂ ਦੀ ਜਿਹੜੀ ਹੈਗੀ ਸੀ ਫੌਜ ਉਹ ਅੱਗੇ ਨਹੀਂ ਵੱਧ ਰਹੀ ਸੀ, ਉਹ ਪਿੱਛੇ ਚਲੀ ਗਈ, ਇਹਨਾਂ ਨੂੰ ਅੱਗੇ ਲੱਗਿਆ ਕਿ ਹੁਣ ਦਿਨ ਚੜ ਗਿਆ ਤੇ ਔਖਾ ਹੋ ਜਾਣਾ ਵਾ ਅੰਦਰ ਵੜਨਾ, ਇੰਨਾ ਲੰਬਾ ਇਹ ਖਿੱਚ ਨਹੀਂ ਸਕਦੇ ਕਿਉਂਕਿ ਪੰਜਾਬ ਨੂੰ ਪੂਰਾ ਹਿੰਦੁਸਤਾਨ ਦੇ ਨਾਲੋਂ ਕੀ ਦੁਨੀਆਂ ਦੇ ਨਾਲੋਂ ਤੋੜਤਾ ਸੀ, ਸੜਕੀ ਆਵਾਜਾਈ, ਹਵਾਈ ਜਹਾਜ਼ ਇਹਨਾਂ ਦਾ, ਇੱਥੇ ਦੂਜੇ ਰੇਲਵੇ, ਹਰ ਚੀਜ਼ ਬੰਦ ਕੀਤੀ ਗਈ ਸੀ ਇਹਨਾਂ ਦੀ। ਠੀਕ ਹੈ ਜੀ। ਤੇ ਇਹ ਫਿਰ ਰਾਤ ਦੇ 11:30 ਇਹ ਫਿਰ ਪਹਿਲੋਂ ਜੀਵ ਲੈ ਕੇ ਆਉਂਦੇ ਆ ਅਕਾਲ ਤਖ਼ਤ ਦੇ ਪਾਸੇ, ਉਹ ਜੀਵ ਇਹਨਾਂ ਦੀ ਅੜਾ ਦਿੱਤੀ ਜਾਂਦੀ ਆ, ਫਿਰ ਇਹ ਬਸਤਰਬੰਦ ਗੱਡੀ ਵਾੜਦੇ ਆ ਪਰਕਰਮਾ ਵਿੱਚ, ਇਹਨਾਂ ਦੀ ਬਸਤਰਬੰਦ ਗੱਡੀ ਤੁਸੀਂ ਫੋਟੋਆਂ 'ਚ ਵੇਖਿਆ ਹੋਗਾ ਜਿਹਦੇ ਟਾਇਰ ਉੱਡੇ ਆ, ਉਹਨੂੰ ਮਤਲਬ ਕਿ ਡੈਮੇਜ ਕਰ ਦਿੱਤਾ ਜਾਂਦਾ ਵਾ, ਹਾਰ ਕੇ ਫਿਰ ਇਹ ਟੈਂਕ ਲੈ ਕੇ ਆਉਂਦੇ ਆ, ਜਿਹੜੀ ਅਸੀਂ ਆਪਣੀ ਅੱਖਾਂ ਨਾਲ ਗਿਣਿਆ ਕਿ ਲੰਗਰ ਵਾਲੀ ਸਾਈਡ ਤੋਂ ਜਿਹੜੇ ਟੈਂਕ ਆਏ ਨੇ, ਆਪਣਾ ਮੰਜੀ ਹਾਲ, ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਲੰਗਰ, ਇੱਥੇ 14 ਟੈਂਕ ਆਏ, ਜਿਹਨਾਂ 'ਚੋਂ 3 ਟੈਂਕ ਇਨ ਕਰਦੇ ਨੇ, ਇੱਕ ਅਕਾਲ ਤਖ਼ਤ ਦੇ ਸਾਹਮਣੇ ਜਾਂਦਾ, ਇੱਕ ਉੱਥੋਂ ਥੋੜ੍ਹਾ ਪਿੱਛੇ, ਇੱਕ ਸ਼ਹੀਦਾਂ ਦੇ ਲਾਗੇ ਖੜਾ ਵਾ, 3 ਟੈਂਕੇ ਪਰਿਕਰਮਾ ਵਿੱਚ ਵਾਰਦੇ ਨੇ ਲੰਗਰ ਵਾਲੀ ਜੋੜੀ ਥਾਣੀ। ਉੱਤੋਂ ਹੈਲੀਕਾਪਟਰ ਨਾ ਵੀ ਇਹ ਬੰਦੇ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਉਹ ਵੀ ਉਹ ਕਾਮਯਾਬ ਨਹੀਂ ਹੁੰਦੇ, ਤੇ ਇਹ ਫਿਰ ਸਾਰੀ ਰਾਤ ਲੜਾਈ ਚੱਲਦੀ ਆ, ਉਹ ਅਕਾਲ ਤਖ਼ਤ ਤੇ ਕਾਬਜ਼ ਨਹੀਂ ਹੋ ਸਕਦੇ, ਜਿਹੜਾ ਇਹਨਾਂ ਦਾ ਰਹਿਣਾ ਵੀ ਕਹਿੰਦਾ। 5 ਤਰੀਕ ਦੀ ਰਾਤ ਦੀ ਗੱਲ ਤੁਸੀਂ ਕਰ ਰਹੇ ਹੋ? 5 ਜੂਨ 1984 ਦੀ ਰਾਤ ਦੀ ਗੱਲ ਆ, ਜਦੋਂ ਕੁਲਦੀਪ ਬਰਾੜ ਨੇ ਆਪਣੀ ਫੌਜ ਸੱਦ ਕੇ ਗਿਆ ਸੀ ਕਿ ਸੰਤ ਜਰਨੈਲ ਸਿੰਘ ਨੂੰ ਅਗੇ ਫੜਨ ਵਾਸਤੇ, ਅੰਦਰ ਜਾਣ ਵਾਸਤੇ ਫੌਜ ਦੀ ਅਗਵਾਈ ਕੌਣ ਕਰੂਗਾ, ਉਹਨੂੰ ਉਹਨੇ ਰੈਣਾ ਨੇ ਉੱਠ ਕੇ ਕਿਹਾ, ਜਸਵੀਰ ਸਿੰਘ ਨੇ, ਕਿ ਉਹਨੂੰ ਸਭ ਤੋਂ ਪਹਿਲ ਹੱਥ ਖੜਾ ਕੀਤਾ ਸੀ, ਉਹਨੇ ਇਹ ਵੀ ਕਿਹਾ ਕਿ ਨਹੀਂ ਜਾਣਾ ਚਾਹੁੰਦਾ ਨਾ ਜਾਏ, ਉਹਨੇ ਜਦੋਂ ਹੱਥ ਖੜਾ ਕਿਹਾ ਉਹਨਾਂ ਕਿਉਂ ਤੈਨੂੰ ਡਰ ਲੱਗ ਗਿਆ, ਆਂਦਾ ਨਹੀਂ, ਆਂਦਾ ਸਭ ਤੋਂ ਪਹਿਲਾਂ ਅਕਾਲ ਤਖ਼ਤ ਤੇ ਮੈਂ ਜਾਊਂਗਾ, ਉਹ ਘੰਟਾ ਘਰ ਸਾਡੀ ਵੜਨ ਦੀ ਕੋਸ਼ਿਸ਼ ਕਰਦਾ ਵਾ, ਉਹਦੀ MMG ਖੋਈ ਜਾਂਦੀ ਆ ਪੱਟੇ ਵਾਲੀ 250 ਵਾਲੀ, ਉਹਦੀਆਂ ਦੋਵੇਂ ਲੱਤਾਂ ਨਕਾਰਾ ਹੋ ਜਾਂਦੀਆਂ ਨੇ, ਉਹ ਕਿਸੇ ਪਾਸੇ ਉਹ ਨਹੀਂ ਵੜ ਸਕਦਾ, ਬਾਅਦ ਚੋਂ ਮਾਫ਼ੀ ਮੰਗ ਕੇ ਵੀ ਗਿਆ, ਗੁਰਾਇਆ ਵਾਲੀ ਇੰਟਰਵਿਊ ਸੁਣ ਕੇ ਵੇਖ ਲਿਓ ਕਿ ਮੇਰੇ ਕੋਲ ਗਲਤੀ ਹੋਈ, ਸਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਕਿ ਅੰਦਰ ਆਤੰਕਵਾਦੀ ਬੈਠੇ ਨੇ,